ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਐਵੇਂ ਹੀ ਇੱਕ ਹੋਰ ਖਬਰ ਵਾਸ਼ਿੰਗਟਨ ਤੋਂ ਸਾਹਮਣੇ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਕਿਹਾ ਕਿ ਉਹ ਉਸਦੇ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਰਿਹਾਅ ਕਰੇ, ਨਹੀਂ ਤਾਂ ਉਸ ਨੂੰ ਹੋਰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਵਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਕਿਹਾ ਕਿ ਉਸ ਦੇ ਸਾਬਕਾ ਕਾਨੂੰਨੀ ਇਨਫੋਰਸਮੈਂਟ ਅਧਿਕਾਰੀ ਰੋਬਰਟ ਲੈਵਿਨਸਨ ਨੂੰ ਛੇਤੀ ਤੋਂ ਛੇਤੀ ਰਿਹਾਅ ਕਰੇ ਅਤੇ ਉਸ ਨੂੰ ਅਮਰੀਕਾ ਭੇਜੇ। ਲੈਵਿਨਸਨ 10 ਸਾਲ ਪਹਿਲਾਂ ਈਰਾਨ ਵਿੱਚ ਲਾਪਤਾ ਹੋ ਗਿਆ ਸੀ। ਵਾਸ਼ਿੰਗਟਨ ਤੋਂ ਬਿਊਰੋ ਰਿਪੋਰਟ, U24 ਲਾਈਵ ਟੀਵੀ। ਹੁਣ ਤੁਸੀਂ U24 ਨੂੰ ਸਬਸਕ੍ਰਾਈਬ ਕਰ ਸਕਦੇ ਹੋ YouTube, Facebook, Twitter ਅਤੇ WhatsApp ਤੇ। U24 ਤੁਹਾਡਾ ਆਪਣਾ www.u24.live।